ਬੇਅਦਬੀ ਮਾਮਲਿਆਂ ਦੇ ਵਿੱਚ ਬਾਦਲ ਪਰਿਵਾਰ ਪੂਰੀ ਤਰ੍ਹਾਂ ਘਿਰਦਾ ਨਜ਼ਰ ਆ ਰਿਹਾ ਹੈ ਜਿਸ ਦੇ ਚਲਦਿਆਂ ਫਰੀਦਕੋਟ ਦੇ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਬਾਦਲ ਤੱਕ ਬਾਦਲ ਹਰਾਓ ਪੰਜਾਬ ਬਚਾਓ ਰੋਸ ਮਾਰਚ ਕੱਢਿਆ ਗਿਆ ਇਸ ਰੋਸ ਮਾਰਚ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਨੇ ਹਿੱਸਾ ਲਿਆ ਅਤੇ ਇਸ ਮੌਕੇ ਬਲਜੀਤ ਸਿੰਘ ਦਾਦੂਵਾਲ ਧਿਆਨ ਸਿੰਘ ਮੰਡ ਨੇ ਬਾਦਲ ਪਰਿਵਾਰ ਤੇ ਭਾਜਪਾ ਤੇ ਤਿੱਖੇ ਸ਼ਬਦੀ ਹਮਲੇ ਵੀ ਕੀਤੇ ਧਿਆਨ ਸਿੰਘ ਮੰਡ ਦਾ ਕਹਿਣਾ ਹੈ ਕਿ ਬਾਦਲ ਪਰਿਵਾਰ ਤੇ ਅਕਾਲੀ ਦਲ ਨੇ ਆਪਣੇ ਹਿੱਤਾਂ ਦੇ ਲਈ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਉਹਨਾਂ ਦਾ ਕਹਿਣਾ ਹੈ ਕਿ ਬਾਦਲਾਂ ਨੇ ਪਾਵਰ ਵਿੱਚ ਰਹਿੰਦਿਆਂ ਹੀ ਬੇਅਦਬੀ ਹੋਈ ਹੈ ਇਸ ਲਈ ਉਹਨਾਂ ਨੂੰ ਸੂਬੇ ਦੀ ਸੱਤਾ ਤੋਂ ਹਮੇਸ਼ਾ ਦੇ ਲਈ ਉਤਾਰਨਾ ਹੋਵੇਗਾ ਅੱਜ ਦਾ ਪ੍ਰੋਗਰਾਮ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਦਲ ਸਰਕਾਰ ਵੇਲੇ ਹੋਈ ਬਹੁਤ ਥਾਵਾਂ 'ਤੇ ਹੋਈ ਕੋਈ ਰੋਕਥਾਮ ਨਹੀਂ ਕੀਤੀ ਗਈ ਦੋਸ਼ੀ ਨਹੀਂ ਫੜੇ ਗਏ ਸਗੋਂ ਗੋਲੀਆਂ ਚਲਾ ਕੇ ਸਿੰਘ ਸ਼ਹੀਦ ਕੀਤੇ ਗਏ ਔਰ ਅੱਜ ਚੋਣਾਂ ਦਾ ਮੌਸਮ ਆ ਅੱਜ ਉਹੀ ਬੰਦੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਜਿਨ੍ਹਾਂ ਨੇ ਗੋਲੀਆਂ ਮਾਰ ਕੇ ਸਿੰਘ ਸ਼ਹੀਦ ਕੀਤੇ ਜਿਨ੍ਹਾਂ ਨੇ ਪਰਚੇ ਦਰਜ ਕੀਤੇ ਜਿਨ੍ਹਾਂ ਨੇ ਲਾਠੀ ਚਾਰਜ ਕੀਤੇ ਜਿਨ੍ਹਾਂ ਨੇ ਪਾਣੀ ਦੀਆਂ ਵਿਛਾੜਾਂ ਸੁੱਟੀਆਂ ਔਰ ਉਸ ਤੋਂ ਬਾਅਦ ਬਰਗਾੜੀ ਦਾ ਮੋਰਚਾ ਲੱਗਿਆ ਜਿਹੜੀ ਉਸ ਤੋਂ ਬਾਅਦ ਸਰਕਾਰ ਬਣੀ ਡੇਢ ਸਾਲ ਉਹ ਵੀ ਚੁੱਪ ਚਾਂਦ ਰਹੀ ਉਹਨੇ ਵੀ ਕੁਛ ਨਹੀਂ ਕੀਤਾ ਉਸ ਮੋਰਚੇ ਦੇ ਪ੍ਰੈਸ਼ਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਫੜੇ ਬਹੁਤ ਸਾਰੀਆਂ ਜਿਹੜੀਆਂ ਕਾਰਵਾਈਆਂ ਉਹ ਸਰਕਾਰ ਨੂੰ ਕਰਨੀਆਂ ਪਈਆਂ ਅੱਜ ਚੋਣਾਂ ਦੇ ਮੌਸਮ ਦੇ ਵਿੱਚ ਉਹੀ ਬੰਦੇ ਫਿਰ ਅੱਜ ਪਾਵਰ ਲੈਣ ਦੇ ਚੱਕਰ ਦੇ ਵਿੱਚ ਉਹ ਚੋਣ ਲੜ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਸਾਰਾ ਉਹਦੀ ਪਾਰਟੀ ਅਸੀਂ ਚਾਹੁੰਦੇ ਹਾਂ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਉਹਦੇ ਪਰਿਵਾਰ ਨੂੰ ਉਹਦੀ ਪਾਰਟੀ ਨੂੰ ਸਾਰੀ ਪੰਥ ਨੇ ਸਾਰੇ ਕੌਮ ਨੇ ਦੋਸ਼ੀ ਕਰਾਰ ਦੇਤਾ ਉਹ ਪੰਥ ਦੇ ਦੋਖੀ ਨੇ ਉਹ ਕਾਨੂੰਨ ਦੇ ਕਟਹਿਰੇ ਦੇ ਵਿੱਚ ਖੜ੍ਹੇ ਹੋਏ ਨੇ ਉਹਨਾਂ ਦੀ ਜਗ੍ਹਾ ਅੱਜ ਕੁਰਸੀਆਂ ਨਹੀਂ ਉਹਨਾਂ ਦੀ ਜਗ੍ਹਾ ਹੈਗੀ ਆ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਉੱਧਰ ਦੂਸਰੇ ਪਾਸੇ ਬਲਜੀਤ ਸਿੰਘ ਦਾਦੂਵਾਲ ਦਾ ਕਹਿਣਾ ਹੈ ਕਿ ਰੋਸ ਮਾਰਚ ਪੰਥ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ ਅਤੇ ਬਾਦਲਾਂ ਨੂੰ ਚੋਣਾਂ ਦੇ ਵਿੱਚ ਹਰਾਉਣ ਲਈ ਕੱਢਿਆ ਜਾ ਰਿਹਾ ਕਿਉਂਕਿ ਜੂਨ 1984 ਦੇ ਵਿੱਚ ਸਿੱਖ ਕੌਮ ਉੱਪਰ ਹੋਏ ਤਸ਼ੱਦਦ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ ਸਿੱਖ ਕੌਮ ਨੇ ਅਕਾਲੀ ਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਸੂਬੇ ਅਤੇ ਕੇਂਦਰ ਦੇ ਵਿੱਚ ਪਾਵਰ ਦੇ ਵਿੱਚ ਲਿਆਉਂਦਾ ਪਰ ਬਾਦਲ ਦੋਸ਼ੀਆਂ ਨਾਲ ਜਾ ਬੈਠੇ ਅਤੇ ਉਹਨਾਂ ਨੇ ਆਪਣਾ ਮੂੰਹ ਬੰਦ ਕਰ ਲਿਆ ਇਸ ਲਈ ਕੌਮ ਨੇ ਹੁਣ ਉਹਨਾਂ ਨੂੰ ਨਕਾਰ ਦਿੱਤਾ ਕਿ ਅੱਜ ਮੁੱਖ ਲੋੜ ਆ ਬਾਦਲਾਂ ਨੂੰ ਸੱਤਾ ਤੋਂ ਪਰੇ ਕਰਨ ਦੀ ਜਿਨ੍ਹਾਂ ਨੇ ਸੌਦਾ ਸਾਧ ਵਰਗਿਆਂ ਦੇ ਨਾਲ ਰਲ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਸੀ ਉਹ ਕਰਵਾਈ ਬਰਗਾੜੀ ਕਾਂਡ ਬਹਿਬਲ ਕਾਂਡ ਕੋਟਕਪੂਰਾ ਕਾਂਡ ਸੌਦਾ ਸਾਧ ਕਾਂਡ ਚੌੜ ਸਿੱਧਵਾਂ ਕਾਂਡ ਲੁਹਾੜਾ ਕਾਂਡ ਕਿੰਨੇ ਕਾਂਡ ਜਿਹੜੇ ਬਾਦਲਾਂ ਨਾਲ ਜੁੜੇ ਹੋਏ ਆ ਅਤੇ ਅੱਜ ਜਿਨ੍ਹਾਂ ਨੂੰ ਪਹਿਰੇਦਾਰ ਬਣਾਇਆ ਸੀ ਉਹ ਜਦੋਂ ਚੋਰ ਕੁੱਤੀ ਚੋਰਾਂ ਨਾਲ ਰਲ ਜਾਵੇ ਤਾਂ ਫਿਰ ਕੁੱਤੀ ਨੂੰ ਬਦਲਣਾ ਪੈਂਦਾ ਇਸੇ ਤਰ੍ਹਾਂ ਇਹਨਾਂ ਜਿਨ੍ਹਾਂ ਨੂੰ ਪਹਿਰੇਦਾਰ ਬਣਾ ਕੇ ਭੇਜਿਆ ਸੀਗਾ ਇਹ ਉਹਨਾਂ ਨਾਲ ਰਲ ਗਏ ਅੱਜ ਇਹਨਾਂ ਨੂੰ ਪਰੇ ਕਰਨ ਵਾਸਤੇ ਇੱਥੇ ਸੈਂਕੜੇ ਗੱਡੀਆਂ ਦਾ ਕਾਫਲਾ ਅਤੇ ਹਜ਼ਾਰਾਂ ਸਿੱਖ ਸੰਗਤਾਂ ਦਾ ਜਿਹੜਾ ਇਕੱਠ ਆ ਅੱਜ ਬਰਗਾੜੀ ਤੋਂ ਰੋਸ ਮਾਰਚ ਬਾਦਲਾਂ ਦੇ ਕੱਫਣ 'ਚ ਆਖਰੀ ਕਿੱਲ ਠੋਕਣ ਵਾਸਤੇ ਜਾ ਰਹੇ ਆ ਤੁਸੀਂ ਦੇਖ ਰਹੇ ਹੋ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇਹ ਜੋਸ਼ ਜਿਹੜਾ ਇਹ ਸੰਗਤਾਂ ਨੂੰ ਜਾਗਰੂਕ ਕਰੂਗਾ ਬਾਦਲਾਂ ਦੇ ਕੀਤੇ ਗੁਨਾਹਾਂ ਤੋਂ ਅਤੇ ਮੈਂ ਬੇਨਤੀ ਕਰੂੰਗਾ ਕਿ ਆਖਰੀ ਹੱਲਾ ਇਹ ਪੰਥ ਨੂੰ ਕੌਮ ਨੂੰ ਬਾਦਲਾਂ ਨੂੰ ਪੰਥ ਤੋਂ ਪਰੇ ਕਰਨ ਵਾਸਤੇ ਮਾਰਨਾ ਚਾਹੀਦਾ ਅਤੇ ਅੱਜ ਇਹ ਹੱਲਾ ਮਾਰਨ ਵਾਸਤੇ ਕੌਮ ਜਿਹੜੀ ਆ ਸਾਰੀ ਬਰਗਾੜੀ ਦੇ ਵਿੱਚ ਆ ਪੰਥ ਦਰਦੀ ਇਕੱਠੇ ਹੋਏ ਆ ਅਕਾਲੀ ਦਲ ਦੇ ਖਿਲਾਫ਼ ਨੇ ਇਹ ਪੰਜਾਬ ਦੇ ਦੋਖੀਆਂ ਦੇ ਖਿਲਾਫ਼ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਦੁਸ਼ਮਣਾਂ ਦੇ ਉਹਨਾਂ ਦੋਖੀਆਂ ਦੇ ਖਿਲਾਫ਼ ਹੈ ਇਹ ਅਕਾਲੀ ਇਹ ਬਾਦਲ ਜੁੰਡਲੀ ਅਤੇ ਇਹ ਕੈਪਟਨ ਜੁੰਡਲੀ ਸਾਰੇ ਹੀ ਨੇ ਸਾਰਿਆਂ ਦੇ ਖਿਲਾਫ਼ ਸਾਡਾ ਮਾਰਚ ਹੈ ਸਾਡਾ ਇੱਕ ਕਿਸੇ ਖਾਸ ਦੇ ਖਿਲਾਫ਼ ਨਹੀਂ ਹੈਗਾ ਕਿਉਂਕਿ ਜਿੱਡੇ ਵੱਡੇ ਦੋਸ਼ੀ ਬਾਦਲ ਨੇ ਜਿਨ੍ਹਾਂ ਬਾਦਲਾਂ ਨੇ ਬੇਅਦਬੀਆਂ ਕਰਾਈਆਂ ਜਿਨ੍ਹਾਂ ਬਾਦਲਾਂ ਨੇ ਨੌਜਵਾਨ ਸ਼ਹੀਦ ਕਰਾਏ ਪੁਲਿਸ ਰਾਹੀਂ ਉਦੋਂ ਵੱਡਾ ਦੋਸ਼ੀ ਕੈਪਟਨ ਜਿਹੜਾ ਜੋ ਉਹਨੂੰ ਬਚਾਉਣ 'ਤੇ ਲੱਗਿਆ ਹੋਇਆ ਡਰਾਮੇ ਹੋਰ ਕਰ ਰਿਹਾ ਹੰਝੂ ਹੋਰ ਬਹਾ ਰਿਹਾ ਬਿਆਨ ਹੋਰ ਦੇ ਰਿਹਾ ਪਰ ਅੰਦਰ ਖਾਤੇ ਉਹ ਬਾਦਲਾਂ ਨੂੰ ਬਚਾਉਣ 'ਤੇ ਲੱਗਿਆ ਹੋਇਆ ਜਿਹੜੀਆਂ ਚੋਣਾਂ ਲੜੀਆਂ ਜਾ ਰਹੀਆਂ ਚਾਹੇ ਬਠਿੰਡੇ ਦੀ ਗੱਲ ਚਾਹੇ ਪਟਿਆਲੇ ਦੀ ਚਾਹੇ ਫਿਰੋਜ਼ਪੁਰ ਦੀ ਇਹ ਵੀ ਸਮਝੌਤੇ 'ਚ ਲੜੀਆਂ ਜਾ ਰਹੀਆਂ ਨੇ ਇੱਕ ਦੂਜੇ ਨੂੰ ਇਹਨਾਂ ਨੇ ਜਿਤਾਉਣਾ ਇੱਥੋਂ ਸੋ ਇਹ ਸਾਡਾ ਮਾਰਚ ਉਹਨਾਂ ਲੋਕਾਂ ਦੇ ਖਿਲਾਫ਼ ਹੈ ਜਿਹੜੇ ਸਾਡੇ ਲਈ ਬਹੁਤ ਵੱਡਾ ਅੱਜ ਖਤਰਾ ਬਣੇ ਹੋਏ ਨੇ ਜਾਂ ਪੂਰੀ ਕੌਮ ਨੂੰ ਦਾਅ 'ਤੇ ਲਾ ਰੱਖਿਆ ਪੂਰੀ ਕੌਮ ਨੂੰ ਖਤਮ ਕਰਨ ਤੁਰੇ ਹੋਏ ਨੇ ਪੂਰੇ ਪੰਜਾਬ ਨੂੰ ਇਹਨਾਂ ਨੇ ਬਰਬਾਦ ਕਰਕੇ ਰੱਖਤਾ ਉਹਨਾਂ ਸਾਰਿਆਂ ਦੇ ਖਿਲਾਫ਼